ਕਾਮਨਾ ਪੂਰੀ ਕਰ ਦੇਵੋ ਦਾਤਾ ਸਾਡੀ ਬਹੁ ਕਾਮਨਾ ਹਾਂ ਆਏ ਦਰ ਤੇਰੇ ਦਿਲ ਲੈ ਕੇ ਸੱਚੀ ਭਾਵਨਾ ਪੂਰੀ ਕਰ ਦੇਵੋ ਦਾਤਾ ਸਾਡੀ ਬਹੁ ਕਾਮਨਾ ਕਾਲ ਪੱਲਾ ਪਾਏ ਸੀਸ ਨੂੰ ਝੁਕਾ ਕਾਲ ਪੱਲਾ ਪਾਏ ਸੀਸ ਨੂੰ ਝੁਕਾ ਸੋਹਣੇ ਹਰ ਲਈ ਸਾਡੀ ਸੱਜੇ ਪਾਤਸ਼ਾਹ ਜੀ ਸਾਨੂੰ
ਵਾਹਿਗੁਰੂ ਜੀ। ਪਰਮ ਸਨਮਾਨਯੋਗ ਕਲਗੀਧਰ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਵੀਰ ਸਪੂਤ ਪਿਆਰੇ ਗੁਰੂ ਖਾਲਸਾ ਜੀਓ, ਜਿੰਨੀਆਂ ਵੀ ਸੰਗਤਾਂ ਪਿਆਰ ਸ਼ਰਧਾ ਦੇ ਨਾਲ ਪਾਵਨ ਅਸਥਾਨਾਂ 'ਤੇ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਜੀਵਨ ਨੂੰ ਸਫਲ ਬਣਾ ਰਹੀਆਂ ਨੇ, ਵਡਭਾਗੀਆਂ ਨੇ, ਸਾਹਿਬ ਦੀ ਕਿਰਪਾ ਵੀ ਮਨ ਵਿੱਚ ਆ ਪੈਦਾ ਹੋਇਆ, ਸਤਿਗੁਰਾਂ ਨੇ ਉਦਮ ਬਖਸ਼ਿਆ, ਗੁਰੂ ਦੇ ਦਰਬਾਰ ਅੰਦਰ ਸੰਗਤ ਨੂੰ ਵੀ ਜੁੜ ਕਰਕੇ ਰਸ ਪੀਣਾ, ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ, ਫਿਲੋਸਫੀ ਸਿਧਾਂਤ ਦੀਆਂ ਵਿਚਾਰਾਂ ਨੂੰ ਸਾਂਝੀਆਂ ਕਰਕੇ ਜੀਵਨ ਨੂੰ ਸਫਲ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਦਰ ਆਏ ਸਵਾਲੀਆਂ ਦੀ ਝੋਲੀਆਂ ਭਰਨੀ, ਮਨ ਦੀਆਂ ਮੁਰਾਦਾਂ ਨੂੰ ਭਾਗ ਲਾਉਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਿਗੁਰੂ ਦੀ ਬਖਸ਼ਿਸ਼ ਹੋਵੇ, ਚੰਦ ਕੜੀਆਂ ਵਾਸਤੇ ਜਿੱਥੇ ਗੁਰੂ ਸ਼ਬਦ ਨਾਲ ਜੁੜੇ ਨੇ, ਸਤਿਗੁਰ ਦੇ ਪਵਿੱਤਰ ਰਸ ਪੀਨੇ, ਕੀਰਤਨ ਸਰਵਣ ਕਰੇ ਨੇ, ਸਾਡੇ ਤੋਂ ਪਹਿਲਾਂ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਵਾਲੇ ਰਸ ਪੀਨਾ ਕੀਰਤਨ ਕਰ ਰਹੇ ਸਨ, ਉਹਦੇ ਨਾਲ ਨਾਲ ਸਿੱਖ ਇਤਿਹਾਸ ਦੇ ਸੁਨਹਿਰੀ ਵਰਕੇ ਵੱਲ ਆਪਣਾ ਮਨ ਜੋੜਨ ਵਾਸਤੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਇਆਂ ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸ਼ਰਧਾ ਨਾਲ ਇੱਕ ਵਾਰੀ ਝੁੱਕ ਕੇ ਸਾਰੇ ਪਿਆਰ ਨਾਲ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਹਿਬ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਦੀਵਾਨਾਂ ਦੀ ਆਰੰਭਤਾ ਹੋਈ, ਜਿੱਥੇ ਨਿਤਨੇਮ ਦੀ ਬਾਣੀ ਸਾਹਿਬ ਦੇ ਪਾਠ ਹੋਏ, ਰਸ ਪੀਨਾ ਕੀਰਤਨ ਕਥਾ ਵਿਚਾਰਾਂ ਹੋਈਆਂ, ਸਾਡਾ ਮਨ ਗੁਰੂ ਚਰਨਾਂ ਨਾਲ ਜੁੜੇ, ਇਸ ਅਰਦਾਸ ਬੇਨਤੀ ਨਾਲ ਆਪਣੇ ਪ੍ਰਕਰਮ ਦੀ ਬਾਤ ਆਪ ਨਾਲ ਸਾਂਝੀ ਕਰਨੀ ਚਾਹਾਂਗੇ। ਰਾਤਰੀ ਦੇ ਦੀਵਾਨਾਂ ਅੰਦਰ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਕਿਨੋ ਬੜੋ ਕਲੂਮੇ ਸਾਕਾ ਧਰਮ ਹਿਤ ਸਾਕਾ ਜਿਨ ਕੀਆ ਸਰ ਦੀਆ ਪਰ ਸਰ ਨਾ ਦੀਆ। ਨੌਵੇਂ ਗੁਰਦੇਵ ਤੇਗ ਬਹਾਦਰ ਸਿਮਰੀਆ ਕਰ ਨੌ ਨਿਤ ਆਵੈ ਸਤਾਏ ਸਭ ਥੈ ਹੁਣਾ ਜੀ ਸਹਾਜ ਦਾ। ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਦੀ ਲਸਾਨੀ ਕੁਰਬਾਨੀ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕੀਤਾ ਸੀ। ਬੇਨਤੀ ਕਰਨ ਜਾ ਰਹੇ ਹਾਂ, ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖ ਬਾਬਾ ਜੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਸੀਸ ਲੈ ਕੇ ਪਹੁੰਚਿਆ। ਉਹ ਆਨੰਦਪੁਰ ਦੀ ਧਰਤੀ ਹੈ ਜਿਹਨੂੰ ਕਦੇ ਮੈਖੇ ਦੇਣ ਦੀ ਧਰਤੀ ਕਿਹਾ ਜਾਂਦਾ ਸੀ। ਗੁਰਦੇਵ ਸਤਿਗੁਰੂ ਮਹਾਰਾਜ ਨੇ ਰਾਣੀ ਚੰਪਾ ਦੇ ਕੋਲੋਂ 2200 ਰੁਪਏ ਉਸ ਵੇਲੇ ਮੁੱਲ ਤਾਰ ਕੇ ਇਸ ਜ਼ਮੀਨ ਨੂੰ ਖਰੀਦਿਆ ਅਤੇ ਇੱਥੇ ਨਗਰ ਵਸਾਇਆ, ਅਤੇ ਜਿਸ ਨਗਰ ਦਾ ਨਾਂ ਬਦਲ ਦਾ ਬਦਲ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਬਣਿਆ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਨ ਚਰਨਾਂ ਦੇ ਅੰਦਰ ਅਰਜ ਕਰਨ ਵਾਲੇ ਉਹਨਾਂ ਪੰਡਤਾਂ ਦੀ ਫਰਿਆਦ ਗੁਰੂ ਦੇ ਘਰ ਵਿੱਚ ਪ੍ਰਵਾਨ ਹੋਈ। 11 ਨਵੰਬਰ 1675 ਨੂੰ ਚਾਂਦਨੀ ਚੌਕ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਦੀ ਕੁਰਬਾਨੀ ਕਰਕੇ ਹਿੰਦੂ ਧਰਮ ਦਾ ਬੁੱਝ ਦਾ ਦੀਵਾ ਸਦਾ ਵਾਸਤੇ ਜਗਾ ਕੇ ਆ ਗਏ, ਆਪਣੀਆਂ ਆਂਦਰਾਂ ਦਾ ਜਨੇਊ ਹਿੰਦੂ ਧਰਮ ਦੇ ਗੜ ਵਿੱਚ ਪਾ ਕੇ ਆ ਗਏ। ਸਤਿਗੁਰੂ ਦਾ ਪਵਿੱਤਰ ਸੀਸ ਸਿੱਖ ਬਾਬਾ ਜੇਤਾ ਲੈ ਕੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਜੀ ਉਮਰ ਹੈ, 8 ਸਾਲ 10 ਮਹੀਨੇ 19 ਦਿਨਾਂ ਦੀ ਉਮਰ ਹੈ ਜਿਸ ਦਿਨ ਇਹ ਘਟਨਾ ਵਾਪਰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਧਰਮ ਦੀ ਮਾਨ ਲੋਕ ਨੂੰ ਸਾਂਭਣ ਵਾਸਤੇ ਮਹਾਨ ਕੁਰਬਾਨੀ ਕਰਨ ਵਾਸਤੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਦੁਆ ਕੀਤੀ, ਅਰਦਾਸ ਕੀਤੀ। ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਦਾ ਭਾਰ ਛੋਟੀ ਜਿਹੀ ਉਮਰ ਦੇ ਅੰਦਰ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਮੋਢਿਆਂ ਤੇ ਆਉਂਦੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਸਭ ਤੋਂ ਪਹਿਲਾਂ ਆਵਾਜ਼ ਮਾਰ ਕੇ ਆਖਿਆ, ਦਾਦੀ ਮਾਂ ਮਾਤਾ ਨਾਨਕੀ ਜੀ ਉਸ ਵੇਲੇ ਮੌਜੂਦ ਸਨ, ਆਖਿਆ ਤੇਰਾ ਪੁੱਤਰ ਤੇਗ ਬਹਾਦਰ ਆਇਆ, ਆ ਕੇ ਦਰਸ਼ਨ ਕਰ ਲੈ।
ਪੋਤਰੇ ਦੀ ਆਵਾਜ਼ ਸੁਣ ਕੇ ਦਾਦੀ ਮਾਂ ਆਈ, ਕੱਟਿਆ ਸੀ ਸਾਹਮਣੇ ਪੀੜਤ ਤੇ ਸੁਸ਼ੋਭਿਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਬਾਰਕ ਦਰਸ਼ਨ ਕਰਨ ਵਾਸਤੇ ਮਾਂ ਨਾਨਕੀ ਆਈ। ਯਾਦ ਰੱਖੋ, ਜਦੋਂ ਮਾਂ ਪੁੱਤਰ ਦਾ ਕੱਟਿਆ ਸੀਸ ਤੱਕੇ ਦੁਨੀਆਂ ਦੇ ਅੰਦਰ ਕੋਈ ਐਸੀ ਮਾਂ ਨਹੀਂ ਜਿਹੜੀ ਤਾਹਾਂ ਮਾਰ ਕੇ ਨਾ ਹੋਵੇ। ਮਾਂ ਦਾ ਹਿਰਦਾ ਪੁੱਤਰ ਵਾਸਤੇ ਬੜਾ ਕੋਮਲ ਹੁੰਦਾ ਹੈ। ਰੱਬ ਨਾ ਕਰੇ ਕਿਸੇ ਮਾਂ ਦੇ ਹੁੰਦੇ ਆ ਪੁੱਤਰ ਦੁਨੀਆਂ ਵਿੱਚੋਂ ਚਲਿਆ ਜਾਵੇ, ਪਰ ਯਾਦ ਰੱਖੋ ਜਗਤ ਮਾਤਾ ਮਾਤਾ ਨਾਨਕੀ ਦੇ ਪੁੱਤਰ ਨੇ ਕੁਰਬਾਨੀ ਕੀਤੀ ਹੈ। ਔਰ ਕੁਰਬਾਨੀ ਦਾ ਮੁੱਲ ਪਾਉਣ ਵਾਲੀ ਮਾਂ ਭਾਵੇਂ ਦਿਲ ਵਿੱਚ ਅਰਮਾਨ ਹੈ, ਆਪਣੇ ਮਮਤਾ ਦੇ ਅਰਮਾਨ ਨੂੰ ਰੋਕ ਕੇ ਪੁੱਤਰ ਨੂੰ ਦੋ ਗੱਲਾਂ ਕਰਦੇ ਆ, ਕਹਿ ਰਹੇ ਸਨ, ਆਖਿਆ ਬੇਟਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਸਦਕਾ ਅੱਜ ਹਿੰਦੂ ਧਰਮ ਦੇ ਦੀਵੇ ਦੇ ਅੰਦਰ ਆਪਣੇ ਜਿਸਮ ਦਾ ਖੂਨ ਪਾ ਕੇ ਉਹਨੂੰ ਸਦਾ ਵਾਸਤੇ ਜਗਾ ਕੇ ਆ ਗਏ ਆ। ਹਿੰਦੂ ਧਰਮ ਦਾ ਮੰਦਿਰ ਧਾਰਮਿਕ ਸਥਾਨ ਸਦਾ ਵਾਸਤੇ ਉਹਦੇ ਤਾਲਾ ਲਾਉਣ ਵਾਸਤੇ ਔਰੰਗਜ਼ੇਬ ਯਤਨ ਕਰ ਰਿਹਾ ਸੀ ਆਪਣੇ ਖੂਨ ਦਾ ਛੱਪੜ ਉਸ ਧਰਮ ਦੇ ਅੱਗੇ ਮੰਦਿਰ ਦੇ ਅੱਗੇ ਲਾ ਕੇ, ਤੂੰ ਉਸ ਧਰਮ ਦੇ ਮੰਦਿਰ ਦੇ ਦਰਵਾਜ਼ੇ ਨੂੰ ਸਦਾ ਵਾਸਤੇ ਖੋਲ ਦਿੱਤਾ। ਪੰਡਿਤ ਮਦਨ ਮੋਹਨ ਮੌਲਵੀ ਜੀ ਗੱਲ ਲਿਖਦੇ ਨੇ, ਕਹਿੰਦਾ ਹੈ ਬ੍ਰਾਹਮਣ ਆਪਣੇ ਠਾਕੁਰ ਨੂੰ ਮਿਲਣ ਚੱਲੇ ਆ, ਆਪਣੇ ਭਗਵਾਨ ਨੂੰ ਮਿਲਣ ਚੱਲੇ ਆ। ਜੇਕਰ ਸੱਚਮੁੱਚ ਠਾਕੁਰ ਦੁਆਰੇ ਵੱਲ ਜਾ ਰਹੀ ਹੈ ਨਾ, ਸਾਹਮਣੇ ਖਲੋਤੀ ਤੇਰੇ ਭਗਵਾਨ ਦੀ ਮੂਰਤੀ ਦਾ ਦਰਸ਼ਨ ਕਰਨ ਤੋਂ ਪਹਿਲਾਂ ਦੋ ਵਾਰੀ ਦਰਵਾਜ਼ੇ ਤੇ ਸਰਦਲ ਤੇ ਖਲੋ ਕੇ ਨਮਸਕਾਰ ਕਰ। ਇਹ ਦਰਵਾਜ਼ਾ ਕਦੇ ਵੀ ਖੁੱਲਣਾ ਨਹੀਂ ਸੀ ਜੇਕਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਜਿਸਮ ਦੇ ਖੂਨ ਦਾ ਛੱਪੜ ਇਹਦੇ ਸਾਹਮਣੇ ਨਾ ਲਾਉਂਦੇ। ਤੇਰੇ ਧਰਮ ਦਾ ਦਰਵਾਜ਼ਾ ਗੁਰੂ ਤੇਗ ਬਹਾਦਰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜਿਸਮ ਦੇ ਖੂਨ ਦਾ ਛੱਪੜ ਲਾ ਕੇ ਖੋਲਿਆ, ਆਪਣੀ ਕੁਰਬਾਨੀ ਦਿੱਤੀ ਹੈ। ਆਓ ਪਿਆਰ ਵਾਲਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਮਾਂ ਨੇ ਬੜੇ ਫਖਰ ਨਾਲ ਬੇਟੇ ਦੇ ਦਰਸ਼ਨ ਕਰਕੇ ਆਖਿਆ, ਬੇਟਾ ਬਲਿਹਾਰ ਹਾਂ, ਮਾਵਾਂ ਭਾਵੇਂ ਪੁੱਤਰਾਂ ਨੂੰ ਇਸ ਤਰ੍ਹਾਂ ਵਿਦਾ ਨਹੀਂ ਕਰ ਸਕਦੀਆਂ, ਪਰ ਜੋ ਪੂਰਨ ਮੇਰਾ ਪੁੱਤ ਤੇਗ ਬਹਾਦਰ ਸਾਹਿਬ ਪਾ ਕੇ ਆਇਆ ਨਾ, ਮੈਂ ਉੱਥੋਂ ਸੱਦ ਕੇ ਜਾਂਦੀ ਹਾਂ, ਮੈਂ ਉੱਥੋਂ ਸੱਦ ਕੇ ਜਾਂਦੀ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਹੋ ਕੇ ਦਰਸ਼ਨ ਕਰਦੇ ਹੋਇਆ ਮਾਤਾ ਨਾਨਕੀ ਜੀ ਨੇ ਦੋ ਗੱਲਾਂ ਕੀਤੀਆਂ। ਆਖਰ ਹੁਣ ਤਿਆਰੀ ਹੋਣ ਲੱਗੀ ਹੈ, ਸਰੀਰ ਦਾ ਸੰਸਕਾਰ ਕਰਨ ਦੀਆਂ ਤਿਆਰੀਆਂ ਹੋ ਗਈਆਂ ਨੇ, ਚੀਖਾ ਸੱਜ ਗਈ ਹੈ, ਗੁਰੂ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਹੋਏ ਨੇ। ਭਾਈ ਜੇ ਤਾਂ ਸਾਹਮਣੇ ਆਇਆ ਗੁਰਦੇਵ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਦਾ ਲਾਇਆ, ਆਖਿਆ ਜੈਤਿਆ ਵਾਹ ਬਲਿਆ ਬਹਾਦਰ ਸ਼ੇਰਾ, ਤੂੰ ਬੜੀ ਕੁਰਬਾਨੀ ਕੀਤੀ ਹੈ ਕੌਮ ਦੇ ਵਾਸਤੇ, ਸੱਦ ਕੇ ਜਾਵਾਂ ਤੇਰੇ ਤੋਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਵਿੱਚ ਆਏ, ਗਲਵੱਕੜੀ ਵਿੱਚ ਲਿਆ, ਆਖਿਆ ਰੰਗਰੇਟਾ ਗੁਰੂ ਕਾ ਬੇਟਾ, ਤੂੰ ਗੁਰੂ ਦਾ ਪੁੱਤਰ ਹੈ, ਆਪਣੇ ਪਰਿਵਾਰ ਦੀ ਜਿੰਦ ਖਤਰੇ ਵਿੱਚ ਪਾ ਕੇ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਾਨ ਤੇ ਮਾਣ ਬਦਲੇ ਏਡੀ ਵੱਡੀ ਕੁਰਬਾਨੀ ਕਰਕੇ ਆਇਆ ਹਾਂ, ਤੇਰੇ ਤੋਂ ਮੈਂ ਬਾਹਰ ਭੇਜਾਂਦਾ ਵਾਂ, ਪਰ ਸੱਜਣਾ ਮੈਨੂੰ ਇੰਨਾ ਤਾਂ ਦੱਸ, ਜਦੋਂ ਏਡਾ ਖੁਨੀ ਸਾਕਾ ਹੋਇਆ, ਇੱਕ ਜਿੰਦੇ ਮਨੁੱਖ ਦੇ ਸਿਰ ਤੇ ਆਰਾ ਰੱਖਿਆ ਗਿਆ, ਆਰਾ ਚੱਲ ਰਿਹਾ, ਖੂਨ ਦੇ ਭਾਰੇ ਲੱਗੇ ਹੋਣਗੇ, ਉੱਥੇ ਏਡੇ ਇਕੱਠ ਦੇ ਅੰਦਰ ਦਿੱਲੀ ਦੇ ਅੰਦਰ ਕੋਈ ਬੋਲਣ ਵਾਲਾ ਨਹੀਂ ਸੀ, ਕਿਸੇ ਨੇ ਨਹੀਂ ਕਿਹਾ ਕਿ ਮਤੀ ਦਾਸ ਨੂੰ ਆਰੇ ਨਾਲ ਨਾ ਚੀਰਿਆ ਜਾਵੇ। ਜਦੋਂ ਦੁਨੀਆਂ ਦੇ ਉੱਤੇ ਜ਼ੁਲਮ ਹੁੰਦਾ, ਧਰਮੀ ਲੋਕ ਵੀ ਦੁਨੀਆਂ ਵਿੱਚ ਵੱਸਦੇ ਨੇ, ਉਹ ਜ਼ੁਲਮ ਦੇ ਖਿਲਾਫ ਬੋਲਦੇ ਨੇ, ਕੋਈ ਉੱਥੇ ਬੋਲਣ ਵਾਲਾ ਨਹੀਂ ਸੀ, ਕਿਸੇ ਨੇ ਜ਼ੁਰਤ ਨਹੀਂ ਕੀਤੀ। ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਸੱਜੀ ਦਾਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ, ਭਾਈ ਜਾਨੇ ਨੂੰ ਪਾਣੀ ਦੇ ਵਿੱਚ ਕਰ ਦਿੱਤਾ ਗਿਆ, ਕਿ ਉੱਥੇ ਧਰਮੀ ਦੁਨੀਆਂ ਦੇ ਵਿੱਚੋਂ ਕੋਈ ਮਨੁੱਖ ਨਹੀਂ ਨਜ਼ਰ ਆ ਰਿਹਾ ਸੀ। ਹਾਦੀ ਉਦੋਂ ਹੋ ਗਈ, ਦੁਨੀਆਂ ਦਾ ਭਲਾ ਮੰਗਣ ਵਾਲੇ, ਭੁੱਖੇ ਲੋਕਾਂ ਨੂੰ ਖਵਾਉਣ ਵਾਲੇ, ਔਰ ਬਿਮਾਰ ਲੋਕਾਂ ਦੀ ਬਾਹ ਫੜਨ ਵਾਲੇ, ਸਮੇਂ ਸਮੇਂ ਦੇ ਉੱਤੇ ਸੰਸਾਰ ਦੇ ਲੋਕਾਂ ਨਾਲ ਖਲੋ ਕੇ ਸੱਚ ਅਤੇ ਹੱਕ ਲਈ ਲੜਨ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ, ਉੱਥੇ ਕਿਸੇ ਨੇ ਹਾਦਾ ਨਾਲ ਨਹੀਂ ਮਾਰਿਆ।
ਜਦੋਂ ਇਹ ਗੱਲ ਆਖੀ ਜੈਤੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਹਿਣ ਲੱਗਿਆ ਸਤਿਗੁਰਾ ਕੀ ਦੱਸਾਂ, ਮੈਨੂੰ ਇੰਜ ਲੱਗ ਰਿਹਾ ਸੀ ਕਿ ਜਦੋਂ ਏਡਾ ਵੱਡਾ ਇਕੱਠ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਥੀ ਸਿੱਖਾਂ ਤੇ ਗੁਰੂ ਤੇਗ ਬਹਾਦਰ ਦੀ ਲਸਾਨੀ ਕੁਰਬਾਨੀ ਹੋ ਰਹੀ ਹੈ, ਉੱਥੇ ਭਰਮੇ ਇਕੱਠ ਦੇ ਅੰਦਰ ਏਡਾ ਵੱਡਾ ਜ਼ੁਲਮ ਹੋ ਰਿਹਾ, ਬਸ ਕੇਵਲ ਤੇ ਕੇਵਲ ਜੇ ਕੋਈ ਉੱਥੇ ਆਏ ਸਨ ਉੱਥੇ ਬਸ ਤਮਾਸ਼ਾ ਵੇਖਣ ਵਾਸਤੇ ਆਏ ਸਨ। ਕਈ ਲੋਕ ਵੇਖ ਕੇ ਤਾਉਣ ਦੀਵੀ ਕਰਕੇ ਚਲੇ ਗਏ। ਜੇਕਰ ਕੋਈ ਧਰਮੀ ਨਜ਼ਰ ਆਉਂਦਾ ਸੀ ਉਹਦੇ ਅੰਦਰ ਜੁਰਤ ਪੈਦਾ ਨਹੀਂ ਹੋਈ ਉਹ ਜ਼ੁਲਮ ਦੇ ਖਿਲਾਫ਼ ਬੋਲੇ, ਕਿਉਂਕਿ ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲੱਗਦਾ ਜੀ ਸਾਰੇ ਲੋਕ ਜਿਹੜੇ ਜ਼ਮੀਰ ਤੋਂ ਮਰੇ ਲੋਕ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਲਾਮ ਵਿੱਚ ਆਏ, ਆਖਿਆ ਜਾਂਦਾ ਸੱਚ ਹੈ ਦਿੱਲੀ ਦੇ ਅੰਦਰ ਏਡਾ ਜ਼ੁਲਮ ਹੋਇਆ, ਇਹ ਜ਼ੁਲਮ ਦੇ ਖਿਲਾਫ਼ ਕੋਈ ਬੋਲਣ ਵਾਸਤੇ ਤਿਆਰ ਨਹੀਂ ਹੋਇਆ, ਏਡਾ ਅਤਿਆਚਾਰ ਹੋਇਆ, ਉਹ ਧਰਤੀ ਕੰਬੀ ਅਸਮਾਨ ਡੋਲਿਆ, ਦੁਨੀਆਂ ਦੇ ਅੰਦਰ ਕਦੇ ਐਸਾ ਹੋਇਆ ਨਹੀਂ ਜੈਸਾ ਉਹ ਚਾਂਦਨੀ ਚੌਕ ਦੇ ਅੰਦਰ ਕਹਿਰ ਜਾਲਮ ਸਰਕਾਰ ਨੇ ਕੀਤਾ। ਜੇ ਅੱਜ ਵੀ ਏਡੇ ਜ਼ੁਲਮ ਦੇ ਖਿਲਾਫ਼ ਬੋਲਣ ਵਾਲਾ ਕੋਈ ਨਹੀਂ, ਫਿਰ ਅੱਜ ਮੈਂ ਤੇਰੇ ਨਾਲ ਇੱਕ ਪ੍ਰਣ ਕਰਦਾ ਹਾਂ, ਤੇਰੇ ਨਾਲ ਮੈਂ ਇੱਕ ਦਾਅਵਾ ਕਰਦਾ ਹਾਂ ਸੱਜਣਾ ਸੱਚ ਨਾਲ ਜਾਣੀ, ਮੈਂ ਇੱਕ ਪ੍ਰਣ ਵਾਅਦਾ ਕਰਕੇ ਇੱਕ ਗੱਲ ਤੇ ਨਹੀਂ ਝਾਵਾਂਗਾ, ਜੈਤਿਆ ਇਸ ਦੁਨੀਆਂ ਦੇ ਅੰਦਰ ਜ਼ਮੀਨ ਮਰ ਚੁੱਕੀ ਹੈ ਲੋਕਾਂ ਦੀ, ਖੂਨ ਫਲੋ ਗਿਆ, ਜ਼ੁਲਮ ਦੇ ਖਿਲਾਫ਼ ਸੱਚ ਦੇ ਹੱਕ ਵਿੱਚ ਬੋਲਣ ਵਾਲਾ ਜੇ ਦੁਨੀਆਂ ਦੇ ਅੰਦਰ ਕੋਈ ਨਜ਼ਰ ਨਹੀਂ ਨਾ ਆ ਰਿਹਾ, ਇੱਕ ਐਸਾ ਬਾਗੀ ਖਾਲਸਾ ਪੈਦਾ ਕਰ ਦਿਆਂਗਾ, ਜ਼ੁਲਮ ਹੋਵੇਗਾ, ਜ਼ੁਲਮ ਦੇ ਖਿਲਾਫ਼ ਆਪਣੀ ਜਾਨ ਤਾਂ ਲਾਵੇਗਾ, ਆਪਣੀ ਜ਼ਬਾਨ ਤੇ ਕਦੇ ਤਾਲਾ ਨਹੀਂ ਲਾਵੇਗਾ, ਉਹ ਖੁੱਲ ਕੇ ਬੋਲੇਗਾ, ਲੱਖਾਂ ਵਿੱਚ ਖੜਿਆ ਚਮਕੇਗਾ, ਉਹਦੀ ਪੋਸ਼ਾਕ ਵੱਖਰੀ, ਉਹਦੀ ਖੁਰਾਕ ਵੱਖਰੀ, ਉਹਦੀ ਕਹਿਣੀ ਵੱਖਰੀ, ਉਹਦੀ ਰਹਿਣੀ ਵੱਖਰੀ, ਉਹ ਦੁਨੀਆਂ ਦੇ ਵਿੱਚੋਂ ਵੱਖਰਾ ਹੋਵੇਗਾ, ਲੱਖਾਂ ਵਿੱਚ ਖੜਿਆ ਹੋਵੇਗਾ। ਉਹ ਲੱਖ ਵਾਰੀ ਆਖੇ ਮੈਂ ਗੁਰੂ ਦਾ ਸਿੱਖ ਨਹੀਂ, ਮੈਂ ਜ਼ੁਲਮ ਦੇ ਖਿਲਾਫ਼ ਬੋਲਣ ਵਾਲਾ ਨਹੀਂ, ਪਰ ਲੋਕਾਂ ਦੀਆਂ ਉਂਗਲਾਂ ਉੱਠ ਕੇ ਕਿਆ ਕਰਨਗੀਆਂ, ਇਹ ਤਾਂ ਗੁਰੂ ਦਾ ਸਿੱਖ ਹੈ ਅਤੇ ਜ਼ੁਲਮ ਦੇ ਖਿਲਾਫ਼ ਬੋਲਣ ਵਾਲਾ ਮੇਰੇ ਬਾਜਾ ਵਾਲੇ ਮਾਈ ਕਲਗੀ ਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਕ ਸਿੱਖ ਕੌਮ ਦੇ ਵਾਸਤੇ ਅਹਿਮ ਫੈਸਲਾ, 8 ਸਾਲ 10 ਮਹੀਨੇ 19 ਦਿਨਾਂ ਦੀ ਉਮਰ ਦੇ ਅੰਦਰ ਆਪਣੇ ਪਿਤਾ ਦੇ ਸਰੀਰ ਦਾ ਸੰਸਕਾਰ ਕਰਨ ਤੋਂ ਪਹਿਲਾਂ ਦੋ ਗੱਲਾਂ ਬਾਬਾ ਜੇਤੇ ਨਾਲ ਹੋ।
ਨੇ ਬਚਨ ਕੀਤਾ ਆਖਿਆ ਜੈਤਿਆ ਇੱਕ ਐਸਾ ਖਾਲਸਾ ਪੈਦਾ ਕਰ ਦੇਗਾ ਜਿਹੜਾ ਦੁਨੀਆਂ ਦੇ ਅੰਦਰ ਜ਼ੁਲਮ ਦੇ ਖਿਲਾਫ ਹਮੇਸ਼ਾ ਬੋਲੇਗਾ। ਔਰ ਇਸ ਗੱਲ ਵਿੱਚ ਜ਼ੋਰ ਆਇਆ ਨੀ ਕਾਜੀ ਨੂਰ ਮੁਹੰਮਦ ਕਹਿੰਦਾ ਇਹ ਦੁਨੀਆਂ ਆਪਣੇ ਵਾਸਤੇ ਲੜਦੀ ਵੇਖੀ ਜਾਂਦੀ ਹੈ, ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਦੁਨੀਆਂ ਆਪਣੀ ਜ਼ਿੰਦਗੀ ਦਾ ਦਾਅ ਤੇ ਲਾ ਦਿੰਦੀ ਹੈ। ਇਹਨਾਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਦਾ ਵੀਰ ਬਹਾਦਰ ਖਾਲਸਾ ਹੈ ਜਿਹੜਾ ਦੂਜਿਆਂ ਦੇ ਭਲੇ ਦੇ ਵਾਸਤੇ ਆਪਣੀ ਜ਼ਿੰਦ ਤਲੀ ਤੇ ਰੱਖ ਕੇ ਲੜ ਸਕਦਾ ਤੇ ਆਪਣੀ ਕੁਰਬਾਨੀ ਕਰਨ ਦਾ ਜਜ਼ਬਾ ਰੱਖਦਾ, ਇਹ ਗੁਰੂ ਦੀ ਬਖਸ਼ਿਸ਼ ਹੈ। ਇਹਦੇ ਵਿੱਚ ਜ਼ੋਰ ਆਇਆ ਨਹੀਂ ਗੁਰਦੇਵ ਸਤਿਗੁਰ ਮਹਾਰਾਜ ਸੱਜੇ ਪਾਤਸ਼ਾਹ ਨੇ ਬੁਲਦਲਾ ਦੀ ਤਰ੍ਹਾਂ ਧੌਣ ਦੀ ਵੀ ਕਰਕੇ ਉਸ ਹਕੂਮਤ ਦੀ ਮਾਰੀ ਹੋਈ ਮਾਰ ਚੜਾਏ ਹੋਏ ਮੁਸੀਬਤਾਂ ਦੇ ਝੱਖੜਾਂ ਨੂੰ ਧੌਣ ਦੀ ਵੀ ਕਰਕੇ ਬਰਦਾਸ਼ਤ ਨਹੀਂ ਕਰ ਲਿਆ। ਗੁਰਦੇਵ ਨੇ ਵੰਗਾਰ ਕੇ ਆਖਿਆ ਆਖਿਆ ਜਦ ਸਰਕਾਰ ਚਾਹੁੰਦੀ ਹੈ ਦੁਨੀਆਂ ਦੇ ਵਿੱਚੋਂ ਆਜ਼ਾਦੀ ਖਤਮ ਕਰ ਦੇਵਾਂਗੇ, ਦੁਨੀਆਂ ਦੇ ਵਿੱਚੋਂ ਸਿੱਖ ਧਰਮ ਨੂੰ ਖਤਮ ਕਰ ਦੇਵਾਂਗੇ, ਹਕੂਮਤ ਦੇ ਪੈਰਾਂ ਥੱਲੇ ਕੰਡੇ ਵਿਛਾ ਕੇ ਰੱਖ ਦੇਵਾਂਗਾ। ਗੁਰਦੇਵ ਨੇ ਆਖਿਆ ਐਸਾ ਖਾਲਸਾ ਹੋਵੇਗਾ ਜਿਹੜਾ ਜ਼ੁਲਮ ਦੇ ਖਿਲਾਫ਼ ਡਟ ਕੇ ਬੋਲੇਗਾ। ਸਰਦਾਰ ਪ੍ਰਤਾਪ ਸਿੰਘ ਇੱਕ ਗੱਲ ਲਿਖਦੇ ਨੇ ਕਹਿੰਦੇ ਹਕੂਮਤ ਮੰਨ ਬੈਠੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨਾ, ਸਤੀ ਦਾਸ ਦੇ ਨਾਲ ਬਾਬਰੀ ਘਟਨਾ, ਭਾਈ ਦਿਆਲੇ ਨੂੰ ਪਾਣੀ ਦੇ ਵਿੱਚ ਉਬਾਲਣਾ, ਇਹਨਾਂ ਘਟਨਾਵਾਂ ਨੂੰ ਵੇਖ ਕੇ ਸਿੱਖ ਧਰਮ ਦੀ ਜੁਰਤ ਸਦਾ ਵਾਸਤੇ ਖਤਮ ਹੋ ਜਾਵੇਗੀ। ਪਰ ਕਿੰਨਾ ਰਿਜ਼ਲਟ ਬੜਾ ਭਿਆਨਕ ਨਿਕਲਿਆ, ਕੀ ਨਿਕਲਿਆ, ਇਹਨਾਂ ਜਿਹੜੀ ਹਕੂਮਤ ਕਹਿੰਦੀ ਸੀ ਸਿੱਖ ਧਰਮ ਖਤਮ ਹੋ ਜਾਵੇਗਾ ਉਸ ਹਕੂਮਤ ਦੇ ਪੈਰਾਂ ਥੱਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਨੇ ਛੋਟੀ ਜਿਹੀ ਉਮਰ ਦੇ ਅੰਦਰ ਕੰਡੇ ਵਿਛਾ ਕੇ ਰੱਖ ਦਿੱਤੇ। ਇਸ ਗੱਲ ਵਿੱਚ ਦੋਰ ਆਇਆ ਨਹੀਂ ਸਿੱਖੀ ਦਾ ਧਰਮ ਮਾਰਸ਼ਲ ਧਰਮ ਹੈ। ਗੁਰਦੇਵ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਪਾਏ ਪੂਰਨਿਆਂ ਦੇ ਉੱਤੇ ਮਹਾਨ ਪਵਿੱਤਰ ਨੇ ਇਤਿਹਾਸ ਵੱਲ ਨਜ਼ਰ ਮਾਰਨ ਵਾਸਤੇ ਆਪਾਂ ਸਾਰੇ ਸਤਿਗੁਰ ਦੇ ਧੀਆਂ ਤੇ ਪੁੱਤਰ ਬਣ ਕੇ ਸਮੇਂ ਸਮੇਂ ਇਤਿਹਾਸ ਦੀ ਜਾਣਕਾਰੀ ਵਾਸਤੇ ਗੁਰੂ ਦੇ ਚਰਨਾਂ ਅੰਦਰ ਜੁੜਨ ਦਾ ਉਪਰਾਲਾ ਕਰੀਏ। ਅੱਜ ਦੇ ਦੀਵਾਨਾਂ ਅੰਦਰ ਇੰਨੀ ਸੇਵਾ ਪ੍ਰਵਾਨ ਕਰਨੀ, ਮਾਨ ਤੇ ਸਨਮਾਨ ਲਈ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨੇ ਵਿਅਰਥ ਮਾਇਆ ਭੇਜੀਏ। ਖਜ਼ਾਨੇ ਭਰਪੂਰ ਦੇ ਅਰੋਗਤਾ ਨਾਮ ਦੀ ਦਾਤ ਗੁਰਸਿੱਖੀ ਦਾ ਜੀਵਨ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਗੁਰੂ ਘਰ ਦੇ ਅੰਦਰ ਲੰਗਰਾਂ ਦੇ ਵਿੱਚ, ਗੁਰੂ ਕੇ ਦਰਬਾਰ ਦੇ ਅੰਦਰ ਵੱਖ ਵੱਖ ਥਾਵਾਂ ਦੇ ਉੱਤੇ ਸਵੇਰ ਤੋਂ ਲੈ ਕੇ ਗੁਰੂ ਦੀਆਂ ਸੰਗਤਾਂ ਸੇਵਾਵਾਂ ਨਿਭਾ ਰਹੀਆਂ ਨੇ। ਅਰਦਾਸ ਕਰਦਾ ਹਾਂ ਸਤਿਗੁਰ ਸਭਨਾਂ ਦੀ ਸੇਵਾ ਥਾਏ ਪਾਵੇ। ਦਰੋ ਕਰੋ ਨਾਮ ਦੀ ਦਾਤ, ਸਿੱਖ ਭਰੋਸੇ ਦੀ ਦਾਤ, ਦੇਹ ਅਰੋਗਤਾ ਤਰੱਕੀਆਂ ਦੀ ਦਾਤਾਂ ਝੋਲੀ ਦੇ ਅੰਦਰ ਪਾਉਣੀ, ਗੁਰਦੇਵ ਸਤਿਗੁਰ ਦੇ ਚਰਨਾਂ ਅੰਦਰ ਅਰਦਾਸ ਕਰਦਾ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦਾ ਕੋਟ ਨਕੋਟ ਧੰਨਵਾਦ, ਸਮੁੱਚੇ ਸਟਾਫ ਦਾ ਧੰਨਵਾਦ, ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਭਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ, ਸਮੁੱਚੇ ਬੁਲਾਰਿਆਂ ਦਾ, ਕੀਰਤਨੀ ਜਥਿਆਂ ਦਾ, ਕਥਾਵਾਚਕ ਸਾਹਿਬਾਨ ਦਾ, ਜਿੰਨੇ ਵੀ ਗੁਰੂ ਦੇ ਘਰ ਦੀ ਵਡਿਆਈ ਕਰਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ, ਆਓ ਰਲ ਕੇ।